ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ, ਅੱਜ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਬੈਰਕ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਬਹੁਤ ਸਾਰੀ ਸਮੱਗਰੀ ਬਰਾਮਦ ਹੋਈ ਹੈ। ਤਾਂ ਦੱਸ ਦਈਏ ਕਿ NSA ਦੇ ਤਹਿਤ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀ ਜੇਲ੍ਹ ਦੇ ਵਿੱਚ ਬੰਦ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ। ਤਾਂ ਅੱਜ NSA ਸੈੱਲ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਵਿੱਚੋਂ ਕੀਪੈਡ ਫੋਨ, ਕੀਪੈਡ ਦੇ ਨਾਲ TV ਰਿਮੋਟ, ਜਾਸੂਸੀ, ਕੈਂਪੇਨ, ਪੈਨ ਡਰਾਈਵ, ਬਲੂਟੁੱਥ ਹੈੱਡਫੋਨ ਅਤੇ ਸਪੀਕਰਾਂ ਦੀ ਰਿਕਵਰੀ ਕੀਤੀ ਗਈ। ਸਮਾਰਟ ਘੜੀ ਜੋ ਕਿ ਜੇਲ੍ਹ ਦੇ ਸਟਾਫ ਦੁਆਰਾ ਕਾਨੂੰਨੀ ਤੌਰ 'ਤੇ ਜ਼ਬਤ ਕੀਤੇ ਗਏ ਨੇ। ਤਾਂ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀ ਜਿਸ ਬੈਰਕ ਦੇ ਵਿੱਚ ਰਹਿੰਦੇ ਨੇ ਉਸ ਬੈਰਕ ਦੀ ਅੱਜ ਤਲਾਸ਼ੀ ਲਈ ਗਈ, ਜਿਸ ਦੇ ਵਿੱਚੋਂ ਮੋਬਾਈਲ ਫੋਨ, ਕੈਮਰੇ, ਪੈਨ ਡਰਾਈਵ ਸਣੇ ਹੋਰ ਬਹੁਤ ਸਾਰੀ ਸਮੱਗਰੀ ਆ ਜਿਹੜੀ ਉਹ ਪੁਲਿਸ ਦੇ ਹੱਥ ਲੱਗੀ। ਤਾਂ ਦੱਸ ਦਈਏ ਕਿ ਇਹਨਾਂ ਸਾਰੇ ਸਮਾਨ ਨੂੰ ਪੁਲਿਸ ਦੇ ਵੱਲੋਂ ਜ਼ਬਤ ਕੀਤਾ ਗਿਆ। ਬਕਾਇਦਾ ਆਸਾਮ ਦੇ DGP ਦੇ ਵੱਲੋਂ ਸਾਰੀ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ। ਤਾਂ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਪੱਖ ਸਾਹਮਣੇ ਆਇਆ। ਉਸਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਖੁਦ ਇਹ ਕੈਮਰੇ ਨੇ ਜਿਹੜੇ ਬੈਰਕਾਂ ਦੇ ਵਿੱਚ ਰੱਖੇ ਹੋਏ ਸੀ ਤਾਂ ਜੋ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਗਤੀਵਿਧੀਆਂ ਰਿਕਾਰਡ ਹੋ ਸਕਣ, ਕਿਉਂਕਿ 8 ਮਾਰਚ ਨੂੰ NSA ਜਿਹੜੀ ਖਤਮ ਹੋਣ ਵਾਲੀ ਹੈ, ਉਸ ਤੋਂ ਬਾਅਦ ਇਹਨਾਂ ਦੇ ਸਾਥੀਆਂ ਨੂੰ ਅਤੇ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਬਲੈਕਮੇਲ ਕਰ ਸਕੇ। ਤਾਂ ਉਸਦਾ ਆਪਣਾ ਬਿਆਨ ਆ ਜਿਹੜਾ ਵਕੀਲ ਦਾ ਸਾਹਮਣੇ ਆਇਆ। ਤਾਂ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ DGP ਦੇ ਵੱਲੋਂ ਖੁਲਾਸੇ ਕੀਤੇ ਗਏ। ਬਕਾਇਦਾ ਇੱਕ ਟਵੀਟ ਜਾਰੀ ਕੀਤਾ ਗਿਆ, ਬਕਾਇਦਾ ਇੱਕ ਟਵੀਟ ਸਾਂਝਾ ਕੀਤਾ ਗਿਆ ਕਿ ਅੰਮ੍ਰਿਤਪਾਲ ਸਿੰਘ ਦੀ ਬੈਰਕ ਦੇ ਵਿੱਚੋਂ ਸਿਮ, ਕੀਪੈਡ ਫੋਨ, ਕੀਬੋਰਡ ਦੇ ਨਾਲ TV ਰਿਮੋਟ, ਜਾਸੂਸੀ, ਕੈਂਪੇਨ, ਪੈਨ ਡਰਾਈਵ, ਬਲੂਟੁੱਥ ਹੈੱਡਫੋਨ ਅਤੇ ਸਪੀਕਰਾਂ ਦੀ ਰਿਕਵਰੀ ਆ ਜਿਹੜੀ ਉਹ NSA ਸੈੱਲ ਦੇ ਵਿੱਚੋਂ ਰਿਕਵਰ ਕੀਤੀ ਗਈ, ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਪੱਬਾਂ ਦੇ ਭਾਰ ਹੋ ਗਿਆ। ਤਾਂ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪ੍ਰਸ਼ਾਸਨ ਦੇ ਵੱਲੋਂ ਖੁਦ ਬੈਰਕਾਂ ਦੇ ਵਿੱਚ ਇਹ ਸਮੱਗਰੀ ਆ ਜਿਹੜੀ ਰੱਖੀ ਗਈ ਤਾਂ ਜੋ ਬਾਅਦ ਦੇ ਵਿੱਚ ਸਰਕਾਰੀ ਏਜੰਸੀਆਂ ਅਤੇ ਸਮੇਂ ਦੀਆਂ ਸਰਕਾਰਾਂ ਬਲੈਕਮੇਲ ਕਰ ਸਕਣ।